ਸੰਗਤ ਜੀ, ਭਾਵੇਂ ਕਈ ਵਾਰੀ ਸਾਡੇ ਵਿੱਚ ਐਸੀ ਵਿਚਾਰ ਚੱਲ ਪੈਂਦੀ ਹੈ ਗੁਰਦੁਆਰੇ ਨਾ ਬਣਾਓ, ਹੋਰ ਬੰਨੇ ਧਿਆਨ ਦਿਓ, ਨਹੀਂ ਦੇਣਾ ਚਾਹੀਦਾ ਸਾਨੂੰ, ਸਾਡੇ ਵਿੱਦਿਅਕ ਅਦਾਰੇ ਵੀ ਹੋਣੇ ਚਾਹੀਦੇ ਹੈ, ਸਮਾਜ ਭਲਾਈ ਦੇ ਕਾਰਜ ਵੀ ਅਸੀਂ ਕਰਨੇ ਹਾਂ, ਪਰ ਗੁਰੂ ਘਰ ਜਿਹੜੇ ਹੈ ਨਾ ਉਹ ਸਾਡਾ ਮੂਲ ਹੈ। ਜੇ ਦੁਨੀਆਂ ਵਿੱਚ ਸਿੱਖੀ ਬਰਕਰਾਰ ਰਹੀ ਹੈ ਉਹ ਸਾਡੇ ਗੁਰੂ ਘਰ ਕੇਂਦਰਾਂ ਕਰਕੇ ਸਿੱਖੀ ਬਚੀ ਹੈ। ਹੁਣ ਤਾਂ ਤੁਹਾਨੂੰ ਵਿਆਖਿਆ ਕਰਨ ਦੀ ਲੋੜ ਨਹੀਂ, ਕੋਰੋਨਾ ਕਾਲ ਵਿੱਚ ਦੁਨੀਆਂ ਦੇ ਵੱਡੇ ਵੱਡੇ ਪ੍ਰੈਜ਼ੀਡੈਂਟ ਇਹ ਗੱਲ ਕਹਿ ਚੁੱਕੇ ਹੈ ਕਿ ਦੁਨੀਆਂ ਵਿੱਚ ਹੋਰ ਕੁਝ ਵੀ ਨਾ ਬਣਾਓ, ਗੁਰਦੁਆਰਾ ਜ਼ਰੂਰ ਬਣਾਓ, ਗੁਰਦੁਆਰੇ ਦੁਨੀਆਂ ਦਾ, ਲੋਕਾਂ ਦਾ, ਦੁਖੀਆਂ ਦਾ ਆਸਰਾ ਹਨ, ਦੁਖੀਆਂ ਦੀ ਮਦਦ ਦਾ ਇਹ ਕੇਂਦਰ ਹਨ। ਹੋਰ ਕੋਈ ਧਰਮ ਸਥਾਨ ਦੁਨੀਆਂ ਦੀ ਮਦਦ ਨਹੀਂ ਬਿਪਤਾ ਕਾਲ ਵਿੱਚ ਸੰਕਟ ਵਿੱਚ ਕਰ ਸਕਦਾ। ਜਿਹੜਾ ਸਿੱਖਾਂ ਦਾ ਮੇਨ ਜਿਹੜੇ ਕੇਂਦਰ ਹੈ ਗੁਰਦੁਆਰੇ, ਜੋ ਉਹ ਦੁਨੀਆਂ ਦੀ ਸੇਵਾ ਕਰਦੇ, ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਰਸੋਈ ਚ ਭੋਜਨ ਬਣਦਾ, ਇੱਥੇ ਵੀ ਭੋਜਨ ਬਣਦਾ, ਕੀਰਤਨ ਵੀ ਭੋਜਨ ਹੈ, ਕਥਾ ਵੀ ਭੋਜਨ ਹੈ, ਨਾਮ ਵੀ ਭੋਜਨ ਹੈ। ਇਸ ਭੋਜਨ ਨੂੰ ਥਾਲੇ ਵਿੱਚ ਤਾਂ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਐਸਾ ਭੋਜਨ ਸੰਗਤ ਵਿੱਚੋਂ, ਗੁਰੂ ਘਰ ਵਿੱਚੋਂ, ਇਹ ਧਰਮ ਦੀ ਸਾਲਾ ਵਿੱਚੋਂ, ਗੁਰਦੁਆਰੇ ਦੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ, ਆਪਾਂ ਨੂੰ ਸੰਗਤ ਕਰਨ ਦਾ ਇਹ ਸੁਭਾਗ ਮਿਲਿਆ ਹੈ। ਆਓ ਹੁਣ ਮਨ ਦੀ ਬਿਰਤੀ ਨੂੰ ਇਕਾਗਰ ਕਰੋ, ਜੋ ਸਤਿਗੁਰੂ ਜੀ ਨੇ ਸ੍ਰੀ ਮੁਖਵਾਕ ਬਖਸ਼ੇ ਉਹਨਾਂ ਦੀ ਕਥਾ ਸੁਣੀਏ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਦੁਨੀਆਦਾਰ ਹਾਂ, ਸੰਸਾਰ ਵਿੱਚ ਵਿਚਰਨ ਵਾਲੇ ਜੀਵ ਹਾਂ, ਅਤੇ ਸੰਸਾਰ ਵਿੱਚ ਕੋਈ ਨਾ ਕੋਈ ਲੋੜ ਮਨੁੱਖ ਦੀ ਬਣੀ ਰਹਿੰਦੀ ਹੈ, ਕਿਉਂਕਿ ਸੰਸਾਰ ਵਿੱਚ ਗ੍ਰਸਤ ਵਿੱਚ ਰਹਿੰਦਿਆਂ ਸਮਾਂ ਹੀ ਐਸਾ ਚੱਲਦਾ ਹੈ, ਅਤੇ ਲੋੜਾਂ ਜਿਹੜੀਆਂ ਹਨ ਉਹ ਧਨ ਤੋਂ ਬਿਨਾਂ, ਮਿੱਤਰਾਂ ਤੋਂ ਬਿਨਾਂ, ਸੰਬੰਧੀਆਂ ਤੋਂ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਬੰਦੇ ਦੇ ਮਿੱਤਰ ਵੀ ਹੋਣੇ ਚਾਹੀਦੇ ਹੈ, ਬੰਦੇ ਦੇ ਸੰਬੰਧੀ ਵੀ ਹੋਣੇ ਚਾਹੀਦੇ ਹੈ, ਬੰਦੇ ਦਾ ਭਾਈਚਾਰਾ ਵੀ ਹੋਣਾ ਚਾਹੀਦਾ ਹੈ। ਅਤੇ ਇਸ ਕਰਕੇ ਮਹਾਰਾਜ ਕਿਰਪਾ ਕਰੋ ਕਿ ਕੋਈ ਐਸਾ ਮਿੱਤਰ ਦੱਸੋ ਜਿਹੜਾ ਇੱਕੋ ਇੱਕ ਮਿੱਤਰ ਹੋਵੇ ਜਿਹਦੇ ਨਾਲ ਲੱਗ ਕੇ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਬਹੁਤੇ ਮਿੱਤਰ ਨਾ ਜੀਵਨ ਵਿੱਚ ਬਣਾਉਣੇ ਪੈਣ, ਬਹੁਤੇ ਸੰਬੰਧੀ ਨਾ ਲੱਭਣੇ ਪੈਣ, ਬਹੁਤੇ ਸਾਥੀਆਂ ਦੀ ਭਾਲ ਨਾ ਕਰਨੀ ਪਵੇ। ਇਸ ਕਰਕੇ ਮਹਾਰਾਜ ਸਾਡੇ 'ਤੇ ਕੋਈ ਐਸਾ ਉਪਦੇਸ਼ ਦਿਓ। ਤਾਂ ਉਸ ਵਕਤ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ਼੍ਰੀ ਮੁਖਵਾਕ ਜੈਤ ਸ਼੍ਰੀ ਰਾਗ ਵਿੱਚ ਬਖਸ਼ਿਸ਼ ਕੀਤੇ ਹਨ। ਜੈਤ ਸ਼੍ਰੀ ਰਾਗਣੀ ਹੈ, ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ਼੍ਰੀ ਮੁਖਵਾਕ ਹੈ। ਤੀਸਰੇ ਘਰ ਸੁਰਤਾਲ ਵਿੱਚ ਮੇਰੇ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਸਤੂ ਨਿਰਦੇਸ਼ ਮੰਗਲ ਹੈ ਸੰਗਤ ਜੀ, ਚਾਰ ਤਰ੍ਹਾਂ ਦਾ ਮੰਗਲ ਹੁੰਦਾ ਵਿਦਵਾਨਾਂ ਨੇ ਮੰਨਿਆ। ਮੰਗਲ ਦਾ ਅਰਥ ਸੁਖੈਨ ਹੈ, ਆਪਣੇ ਇਸ਼ਟ ਦੀ ਕੀਰਤੀ ਕਰਨੀ, ਮਹਿਮਾ ਕਰਨੀ, ਜਸ ਕਰਨਾ, ਗੁਣ ਗਾਉਣੇ।